ਇਹ ਹੈ CBN ਦੀ ਪੇਸ਼ਕਸ਼ ਤੇ ਤੁਸੀਂ ਵੇਖ ਰਹੇ ਹੋ ਇੱਕ ਨਵੀਂ ਜ਼ਿੰਦਗੀ ਅੱਜ ਇੱਕ ਨਵੀਂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਦੇਖਾਂਗੇ ਕਿਸ ਤਰ੍ਹਾਂ CBN ਫਾਊਂਡੇਸ਼ਨ ਦੀ ਮਦਦ ਦੇ ਨਾਲ ਲੋਕਾਂ ਨੂੰ ਮਿਲਿਆ ਜੀਵਨ ਜੀਣ ਦਾ ਇੱਕ ਸਹੀ ਸਾਧਨ ਕਰਾਂਗੇ ਤੁਹਾਡੇ ਲਈ ਪ੍ਰਾਰਥਨਾ ਸੁਣਾਂਗੇ ਬਾਈਬਲ ਵਚਨ ਅਤੇ ਸੁਣਾਂਗੇ ਇੱਕ ਖਾਸ ਗੀਤ ਸੰਦੇਸ਼ਾ ਲਿਆਏ ਇਹ ਦਿਨ ਹੈ ਆਸ਼ਾ ਭਰਿਆ ਇੱਕ ਨਵੀਂ ਤਾਜ਼ਗੀ ਪਾਈ ਆਓ ਹੱਸੀਏ ਗਾਈਏ ਤੇ ਨੱਚੀਏ ਇੱਕ ਨਵੀਂ ਜ਼ਿੰਦਗੀ ਪਾਈ ਇੱਕ ਨਵੀਂ ਜ਼ਿੰਦਗੀ ਪਾਈ ਇੱਕ ਨਵੀਂ ਜ਼ਿੰਦਗੀ ਪਾਈ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਨਮਸਕਾਰ ਨਮਸਕਾਰ ਦੋਸਤੋ ਇੱਕ ਨਵੀਂ ਜ਼ਿੰਦਗੀ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਤੁਸੀਂ ਜਾਣ ਸਕੋਗੇ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਬਰਕਤਾਂ ਨੂੰ ਕਿਸ ਤਰ੍ਹਾਂ ਹਾਸਲ ਕਰ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਕੁਝ ਅਜਿਹੇ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਤੁਹਾਡੇ ਦੁਆਰਾ ਭੇਜੇ ਹੋਏ ਯੋਗਦਾਨ ਨੇ ਬਦਲ ਦਿੱਤਾ ਉਹਨਾਂ ਦੇ ਜੀਵਨ ਦੇ ਸਤਰ ਨੂੰ ਵੀ ਬਦਲ ਦਿੱਤਾ ਉਹਨਾਂ ਦੇ ਦੇਖਣ ਦੇ ਨਜ਼ਰੀਏ ਨੂੰ ਵੀ ਬਦਲ ਦਿੱਤਾ ਅੱਜ ਇਸੇ ਸਿਲਸਿਲੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਐਸੇ ਲੜਕੇ ਦੇ ਨਾਲ ਜਿਸ ਦੇ ਜੀਵਨ ਦੇ ਵਿੱਚ ਚੰਗੇ ਸਵਾਸਥ ਅਤੇ ਸਵੱਛਤਾ ਨੂੰ ਲੈ ਕੇ ਆਈ CBN ਫਾਊਂਡੇਸ਼ਨ ਦੀ ਟੀਮ ਦੋਸਤੋ ਬੱਚਿਆਂ ਨੂੰ ਚੰਗਾ ਆਹਾਰ ਚੰਗੀ ਪੋਸ਼ਾਕ ਚੰਗੀ ਸਿੱਖਿਆ ਦੇਣਾ ਤਾਂ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਨਾਲ ਜ਼ਰੂਰੀ ਹੈ ਉਹਨਾਂ ਨੂੰ ਸਵੱਛਤਾ ਕਾਇਮ ਕਰਨ ਦੇ ਸਾਧਨ ਉਪਲਬਧ ਕਰਾਉਣਾ ਸ਼ੌਚਾਲਿਆ ਉਹਨਾਂ ਦੇ ਵਿੱਚੋਂ ਇੱਕ ਹੈ ਆਓ ਤੁਹਾਨੂੰ ਮਿਲਾਉਂਦੇ ਹਾਂ ਪੰਜਾਬ ਦੇ ਸਾਹਿਲ ਦੇ ਨਾਲ ਜੋ ਕਿ ਬਹੁਤ ਸਮਝਦਾਰ ਬੱਚਾ ਹੈ ਲੇਕਿਨ ਉਸਦੇ ਪਿੰਡ ਵਿੱਚ ਸ਼ੌਚਾਲਿਆ ਨਹੀਂ ਸਨ ਲੋਕ ਖੁੱਲ੍ਹੇ ਦੇ ਵਿੱਚ ਹੀ ਸ਼ੌਚ ਜਾਂਦੇ ਸਨ ਇਸ ਦੇ ਕਰਕੇ ਸਾਹਿਲ ਬਹੁਤ ਜ਼ਿਆਦਾ ਪਰੇਸ਼ਾਨ ਸੀ ਲੇਕਿਨ ਕੀ ਉਸਦੀ ਪਰੇਸ਼ਾਨੀ ਦਾ ਹੱਲ ਨਿਕਲਿਆ ਇਹ ਜਾਣਨ ਲਈ ਵੇਖਦੇ ਹਾਂ ਸਾਹਿਲ ਦੀ ਇੱਕ ਕਹਾਣੀ ਜੋ ਤੁਹਾਡੇ ਤੱਕ ਲੈ ਕੇ ਆਏ ਨੇ ਸਾਡੀ ਪ੍ਰੋਡਿਊਸਰ ਨੇਹਾ ਸ਼ਾਹ ਜਿੱਥੇ ਇੱਕ ਪਾਸੇ ਲੋਕ ਸਾਫ਼ ਸਫਾਈ ਦੇ ਵੱਲ ਕਦਮ ਵਧਾ ਰਹੇ ਹਨ ਉੱਥੇ ਹੀ ਕੁਝ ਇਹੋ ਜਿਹੀਆਂ ਵੀ ਥਾਵਾਂ ਹਨ ਜਿੱਥੇ ਲੋਕ ਸਾਫ਼ ਸਫਾਈ ਤੋਂ ਦੂਰ ਅਤੇ ਆਪਣੀ ਸੱਭਿਅਤਾ ਤੋਂ ਵੀ ਦੂਰ ਚੱਲਣ ਦੇ ਲਈ ਮਜਬੂਰ ਹਨ ਸਾਡੇ ਪਿੰਡ ਦੁਹਾਲੀ ਵਿੱਚ ਸ਼ੌਚਾਲੇ ਦੀ ਦਿੱਕਤ ਸੀ ਜਦੋਂ ਲੋਕ ਪਿੰਡ ਵਿੱਚ ਸ਼ੌਚਾਲੇ ਕਰਨ ਲਈ ਜਾਂਦੇ ਸਨ ਤਾਂ ਲੋਕ ਸਾਨੂੰ ਭਜਾ ਦਿੰਦੇ ਸਨ ਸਾਨੂੰ ਖੁੱਲ੍ਹੇ 'ਚ ਜਾਣਾ ਪੈਂਦਾ ਸੀ ਤਾਂ ਪਿੰਡ ਦੇ ਬਜ਼ੁਰਗ ਕਹਿੰਦੇ ਸਨ ਕਿ ਪੱਲਾ ਕੱਢੋ ਘੁੰਡ ਕੱਢੋ ਜਦੋਂ ਖੁੱਲ੍ਹੇ ਵਿੱਚ ਸ਼ੌਚ ਕਰਨ ਦੇ ਲਈ ਜਾਂਦੇ ਸਨ ਤਾਂ ਬਹੁਤ ਦੁੱਖ ਹੁੰਦਾ ਸੀ ਕਿ ਇੱਕ ਪਾਸੇ ਤਾਂ ਸਾਨੂੰ ਘੁੰਡ ਕੱਢਣ ਲਈ ਕਹਿੰਦੇ ਹਨ ਤੇ ਦੂਜੇ ਪਾਸੇ ਸਾਨੂੰ ਖੁੱਲ੍ਹੇ 'ਚ ਸ਼ੌਚ ਕਰਨ ਲਈ ਜਾਣਾ ਪੈਂਦਾ ਸਾਹਿਲ ਇਸ ਪਿੰਡ ਦਾ ਇੱਕ ਇਹੋ ਜਿਹਾ ਮੈਂਬਰ ਹੈ ਜਿਸ ਦੇ ਘਰ ਵਿੱਚ ਸ਼ੌਚਾਲਿਆ ਨਾ ਹੋਣ ਦੇ ਕਾਰਨ ਉਸ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੇਰਾ ਬੱਚਾ ਪੜ੍ਹਨ 'ਚ ਬਹੁਤ ਹੀ ਹੁਸ਼ਿਆਰ ਹੈ ਪਰ ਖੁੱਲ੍ਹੇ ਵਿੱਚ ਜਾਣ ਨਾਲ ਉਸਦੀ ਤਬੀਅਤ ਬਹੁਤ ਖਰਾਬ ਹੋ ਗਈ ਮੈਂ ਚਾਹੁੰਦੀ ਹਾਂ ਕਿ ਮੇਰਾ ਬੱਚਾ ਪੜ੍ਹੇ ਅਤੇ ਬਿਮਾਰ ਹੋਣ ਦੇ ਕਾਰਨ ਘਰ ਵਿੱਚ ਬੈਠਣ ਨਾਲ ਬਹੁਤ ਹੀ ਦੁੱਖ ਹੁੰਦਾ ਮਦਦ ਤਾਂ ਪਿੰਡ ਵਿੱਚ ਸਭਨਾਂ ਨੂੰ ਚਾਹੀਦੀ ਸੀ ਪਰ ਮਦਦ ਮੰਗਣ ਤਾਂ ਕਿਸ ਦੇ ਕੋਲੋਂ ਮੰਗਣ ਪਰ ਜਦੋਂ CBN ਫਾਊਂਡੇਸ਼ਨ ਨੂੰ ਇਹਨਾਂ ਦੀਆਂ ਪਰੇਸ਼ਾਨੀਆਂ ਦੇ ਬਾਰੇ ਪਤਾ ਲੱਗਾ ਤਾਂ ਸਾਫ਼ ਸਫਾਈ ਦੇ ਵੱਲ ਕਦਮ ਵਧਾਉਂਦੇ ਹੋਏ ਇਹਨਾਂ ਦੀ ਮਦਦ ਕੀਤੀ ਜਦੋਂ ਅਸੀਂ ਸਰਪੰਚ ਸਾਹਿਬ ਨਾਲ ਇਸ ਦੇ ਬਾਰੇ ਗੱਲ ਕੀਤੀ ਤਾਂ ਸਰਪੰਚ ਸਾਹਿਬ ਨੇ ਅਤੇ ਕੁਝ ਲੋਕਾਂ ਨੇ ਮਿਲ ਕੇ ਇੱਥੇ ਪਿੰਡ ਵਿੱਚ ਸ਼ੌਚਾਲਿਆ ਬਣਵਾਇਆ ਹੁਣ ਸਾਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਸਹੀ ਮਦਦ ਸਹੀ ਸਮੇਂ ਤੇ ਮਿਲਣ ਤੋਂ ਬਾਅਦ ਅੱਜ ਕਈ ਲੋਕਾਂ ਨੂੰ ਸਾਫ਼ ਸਫਾਈ ਮਿਲੀ ਅਤੇ ਸਾਹਿਲ ਦੇ ਪਰਿਵਾਰ ਨੂੰ ਸਕੂਨ ਅੱਜ ਸਾਹਿਲ ਸਿਹਤ ਦੇ ਨਾਲ ਆਪਣੀਆਂ ਖੁਆਇਸ਼ਾਂ ਨੂੰ ਪੂਰਾ ਕਰ ਰਿਹਾ ਹੈ ਜਦੋਂ ਸਾਡੇ ਇੱਥੇ ਸ਼ੌਚਾਲਿਆ ਬਣਿਆ ਤਾਂ ਸਾਨੂੰ ਬਹੁਤ ਚੰਗਾ ਲੱਗਾ ਇਸ ਦੀ ਖੁਸ਼ੀ ਤਾਂ ਬਹੁਤ ਜ਼ਿਆਦਾ ਹੈ ਸਾਨੂੰ ਪਿੰਡ ਵਾਲਿਆਂ ਨੂੰ ਬਹੁਤ ਫਾਇਦਾ ਹੋਇਆ ਹੈ ਬੱਚਿਆਂ ਨੂੰ ਫਾਇਦਾ ਹੋਇਆ ਹੈ ਕਿ ਮੇਰੇ ਬੱਚੇ ਬਿਮਾਰ ਹਨ ਤਾਂ ਖੁੱਲ੍ਹੇ ਵਿੱਚ ਜਾਣ ਤੋਂ ਬਚ ਗਏ ਆਪਣੀ ਆਸ਼ੀਸ਼ਾਂ ਨੂੰ ਦੂਸਰਿਆਂ ਦੇ ਨਾਲ ਵੀ ਵੰਡੋ ਜਦੋਂ ਅਸੀਂ ਇਹਨਾਂ ਲੋਕਾਂ ਦੇ ਜੀਵਨ ਨੂੰ ਦੇਖਦੇ ਹਾਂ ਜਿਨ੍ਹਾਂ ਦੇ ਕੋਲ ਬੇਸਿਕ ਫੈਸਿਲਿਟੀਜ਼ ਵੀ ਨਹੀਂ ਹੈ ਤਾਂ ਸਾਨੂੰ ਵਾਕਈ ਉਹ ਗੱਲ ਜਿਹੜੀ ਪ੍ਰਭੂ ਯਸ਼ੂ ਨੇ ਕਹੀ ਸੀ ਕਿ ਗਰੀਬਾਂ ਦੀ ਮਦਦ ਕਰੋ ਗਰੀਬਾਂ ਲਈ ਹੱਥ ਨੂੰ ਖੋਲ੍ਹੋ ਉਹ ਗੱਲ ਬਾਰ ਬਾਰ ਗੂੰਜ ਕੇ ਸਾਡੇ ਦਿਲਾਂ ਦੇ ਵਿੱਚ ਆਉਂਦੀ ਹੈ ਸਿਰਫ ਇੰਨਾ ਹੀ ਨਹੀਂ ਪ੍ਰਭੂ ਯਸ਼ੂ ਮਸੀਹ ਨੇ ਵੀ ਕੁਝ ਬਹੁਤ ਸੋਹਣੇ ਉਦਾਹਰਣ ਦਿੱਤੇ ਨੇ ਦੇਣ ਬਾਰੇ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਉਸ ਦੇ ਨਾਲ ਜੁੜੇ ਹੋਏ ਇੱਕ ਐਸੀ ਕਹਾਣੀ ਹੈ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪ੍ਰਭੂ ਯਸ਼ੂ ਮਸੀਹ ਨੇ ਦੋ ਮੱਛੀਆਂ ਅਤੇ ਪੰਜ ਰੋਟੀਆਂ ਦੇ ਨਾਲ
5000 ਘਰਾਣਿਆਂ ਨੂੰ ਤ੍ਰਿਪਤ ਕੀਤਾ ਸੀ। ਜ਼ਰਾ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੇ ਛੋਟੇ ਜਿਹੇ ਅਮਾਊਂਟ ਦੇ ਨਾਲ ਇੰਨੇ ਜ਼ਿਆਦਾ ਲੋਕ ਕਿੱਦਾਂ ਖਾ ਸਕਦੇ ਨੇ। ਪ੍ਰਭੂ ਯਿਸੂ ਮਸੀਹ ਦੇ ਕੋਲ ਜਦੋਂ ਲਿਆਇਆ ਗਿਆ ਸਮਾਨ, ਉਹਨਾਂ ਨੇ ਧੰਨਵਾਦ ਦਿੱਤਾ, ਰੋਟੀ ਨੂੰ ਤੋੜਨਾ ਸ਼ੁਰੂ ਕੀਤਾ, ਆਪਣੇ ਚੇਲਿਆਂ ਨੂੰ ਪਕੜਾਉਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਹੀ ਚੇਲਿਆਂ ਨੇ ਅੱਗੇ ਲੋਕਾਂ ਨੂੰ ਵੰਡਣਾ ਸ਼ੁਰੂ ਕੀਤਾ ਅਤੇ ਉਹ ਰੋਟੀ ਵੱਧਦੀ ਚਲੀ ਗਈ, ਕਿਉਂਕਿ ਪਰਮੇਸ਼ੁਰ ਨੇ ਧੰਨਵਾਦ ਕਰਕੇ ਉਸਨੂੰ ਵੰਡਣਾ ਸਿਖਾਇਆ। ਅਤੇ ਜਿਸ ਤਰ੍ਹਾਂ ਰੋਟੀ ਨੂੰ ਵੰਡਿਆ ਗਿਆ, ਜਿਸ ਤਰ੍ਹਾਂ ਮੱਛੀ ਨੂੰ ਵੰਡਿਆ ਗਿਆ, ਉਹ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਹੋ ਗਈ ਕਿ 5000 ਘਰਾਣਿਆਂ ਨੇ ਰੋਟੀ ਖਾ ਕੇ ਆਪਣੇ ਆਪ ਨੂੰ ਤ੍ਰਿਪਤ ਪਾਇਆ। ਜਦੋਂ ਉਹਨਾਂ ਨੇ ਵੰਡਣਾ ਬੰਦ ਕਰਤਾ, ਜਦੋਂ ਚੇਲਿਆਂ ਨੇ ਵੰਡਣਾ ਬੰਦ ਕਰ ਦਿੱਤਾ, ਤਾਂ ਰੋਟੀ ਉੱਥੇ ਖਤਮ ਹੋ ਗਈ। ਯਾਨੀ ਉੱਥੇ ਉਹ ਕੰਮ ਖਤਮ ਹੋ ਗਿਆ ਜਦੋਂ ਵੰਡਣ ਦਾ ਕੰਮ ਖਤਮ ਹੋ ਗਿਆ। ਉਸ ਤੋਂ ਬਾਅਦ ਸਿਰਫ 12 ਟੋਕਰੇ ਬਚੇ ਅਤੇ ਉਸ ਤੋਂ ਬਾਅਦ ਹੋਰ ਰੋਟੀ ਨਹੀਂ ਬਚੀ। ਠੀਕ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਹੁੰਦਾ ਜਦੋਂ ਪਰਮੇਸ਼ੁਰ ਸਾਨੂੰ ਇਹੀ ਗੱਲ ਸਿਖਾਉਂਦੇ ਨੇ ਕਿ ਵੰਡਦੇ ਰਹੋ। ਜਦ ਤੱਕ ਅਸੀਂ ਆਪਣੀਆਂ ਆਸ਼ੀਸ਼ਾਂ ਨੂੰ ਦੂਸਰਿਆਂ ਦੇ ਨਾਲ ਵੰਡਦੇ ਰਹਿੰਦੇ ਹਾਂ, ਆਪਣੀਆਂ ਬਰਕਤਾਂ ਨੂੰ ਵੰਡਦੇ ਰਹਿੰਦੇ ਹਾਂ, ਉਹ ਚੀਜ਼ਾਂ ਮਲਟੀਪਲਾਈ ਹੁੰਦੀਆਂ ਰਹਿੰਦੀਆਂ ਨੇ, ਵਧੇਰੇ ਵੱਧਦੀਆਂ ਰਹਿੰਦੀਆਂ ਨੇ। ਪਰ ਜਦੋਂ ਅਸੀਂ ਆਪਣੇ ਹੱਥ ਨੂੰ ਰੋਕ ਲੈਂਦੇ ਹਾਂ ਤਾਂ ਉਹ ਕੰਮ ਉੱਥੇ ਹੀ ਖਤਮ ਹੋ ਜਾਂਦਾ ਹੈ। ਅੱਜ ਹੋ ਸਕਦਾ ਕਿ ਤੁਹਾਡੇ ਕੋਲ 2 ਕੁੜਤੇ ਹੋਣ, ਜਿਸ ਤਰ੍ਹਾਂ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜੇ 2 ਕੁੜਤੇ ਹੈ ਤਾਂ ਉਹ 'ਚੋਂ 1 ਦੇ ਦਿਓ, ਜੇ 2 ਥੈਲੇ ਹੈ ਉਹਨਾਂ 'ਚੋਂ 1 ਦੇ ਦਿਓ। ਅਤੇ ਯਾਨੀ ਤੁਸੀਂ ਜਿਹੜੇ ਵੀ ਲੈਵਲ 'ਤੇ ਹੋ, ਤੁਸੀਂ ਉੱਥੇ ਦੂਸਰਿਆਂ ਦੇ ਵਾਸਤੇ ਬਰਕਤ ਦਾ ਕਾਰਨ ਬਣ ਸਕਦੇ ਹੋ। ਆਓ ਦੇਖਦੇ ਵਚਨ ਕੀ ਸਮਝਾ ਰਿਹਾ ਹੈ। ਲੂਕਾ 22:19, ਫਿਰ ਯੇਸ਼ੂ ਨੇ ਰੋਟੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਤੋੜੀ ਅਤੇ ਇਹ ਕਹਿ ਕੇ ਰਸੂਲਾਂ ਨੂੰ ਦਿੱਤੀ, ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਤੁਹਾਡੇ ਲਈ ਦੇ ਰਿਹਾ ਹਾਂ, ਮੇਰੀ ਯਾਦਗਾਰੀ ਲਈ ਇਹੀ ਕਰਿਆ ਕਰੋ। ਵਚਨ ਦੇ ਵਿੱਚ ਵੀ ਪ੍ਰਭੂ ਯੇਸ਼ੂ ਮਸੀਹ ਨੇ ਵੀ ਇਹੀ ਕੰਮ ਕੀਤਾ। ਜੀ ਬਿਲਕੁਲ ਦੋਸਤੋ, ਜਿਸ ਨਾਪ ਦੇ ਨਾਲ ਅਸੀਂ ਮਾਪਦੇ ਹਾਂ ਉਸੇ ਮਾਪ ਦੇ ਨਾਲ ਸਾਡੇ ਲਈ ਵੀ ਮਾਪਿਆ ਜਾਂਦਾ ਹੈ। ਜੀ ਹਾਂ, ਪਰਮੇਸ਼ੁਰ ਸਾਨੂੰ ਮਦਦ ਕਰਦੇ ਹਨ, ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਦੇ ਹਨ। ਜੇਕਰ ਤੁਸੀਂ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਖੁਸ਼ੀਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਪਾਰਟਨਰਸ਼ਿਪ ਦੇ ਵਿੱਚ ਜੁੜ ਸਕਦੇ ਹੋ। ਸਾਨੂੰ ਕਾਲ ਕਰੋ, ਸਾਡੇ ਨਾਲ ਪਾਰਟਨਰਸ਼ਿਪ ਦੇ ਵਿੱਚ ਜੁੜ ਕੇ ਤੁਸੀਂ ਇਸ ਨੇਕ ਕੰਮ ਨੂੰ ਅੰਜਾਮ ਦੇ ਸਕਦੇ ਹੋ। ਦੋਸਤੋ, ਹੁਣ ਸਮਾਂ ਛੋਟੀ ਜਿਹੀ ਬ੍ਰੇਕ ਲੈਣ ਦਾ, ਲੇਕਿਨ ਬ੍ਰੇਕ ਤੋਂ ਬਾਅਦ ਤੁਸੀਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ, ਕਿਉਂਕਿ ਵਾਪਸ ਆ ਕੇ ਅਸੀਂ ਤੁਹਾਨੂੰ ਬਹੁਤ ਕੁਝ ਹੋਰ ਦਿਖਾਉਣ ਵਾਲੇ ਹਾਂ। ਮੈਂ ਆਪਣੇ ਵਿਸ਼ਿਆਂ ਵਿੱਚ ਫੇਲ ਹੋ ਗਿਆ। ਮੇਰੇ ਬਹੁਤ ਤੇਜ਼ ਸਿਰ ਦਰਦ ਰਹਿੰਦਾ ਸੀ। ਮੈਂ ਤਣਾਅ ਅਤੇ ਇਕੱਲੇਪਨ ਵਿੱਚ ਰਹਿੰਦਾ ਸੀ। ਪਰਮੇਸ਼ੁਰ ਕੋਲੋਂ ਦੂਰ ਹੋ ਗਿਆ ਸਾਂ, ਕੋਈ ਆਸ ਨਹੀਂ ਸੀ, ਦੁੱਖ ਵਿੱਚ ਸਾਂ, ਮੇਰਾ ਕੋਈ ਵਜੂਦ ਨਹੀਂ ਸੀ ਰਿਹਾ। ਇਸ ਭੱਜ ਦੌੜ ਨਾਲ ਭਰੀ ਜ਼ਿੰਦਗੀ ਵਿੱਚ ਸਾਡੇ ਅਤੇ ਤੁਹਾਡੇ ਲਈ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਆਪਣੇ ਲਈ ਸਮਾਂ ਕੱਢਣਾ। ਕਦੇ ਕਦੇ ਸਾਨੂੰ ਇਸ ਦੌਰਾਨ ਆਪਣੇ ਪਸੰਦੀਦਾ ਟੀਵੀ ਸ਼ੋਅ ਇੱਕ ਨਵੀਂ ਜ਼ਿੰਦਗੀ ਨੂੰ ਵੇਖਣ ਦਾ ਵੀ ਮੌਕਾ ਨਹੀਂ ਮਿਲ ਪਾਉਂਦਾ। ਜੇਕਰ ਅਜਿਹਾ ਹੈ ਤਾਂ ਤੁਸੀਂ ਉਸ ਨੂੰ ਵੇਖ ਸਕਦੇ ਹੋ CBN ਇੰਡੀਆ ਦੇ ਯੂਟਿਊਬ ਚੈਨਲ ਤੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੀ ਸੁਵਿਧਾ ਅਨੁਸਾਰ ਆਪਣੇ ਪਸੰਦੀਦਾ ਸ਼ੋਅ ਨੂੰ ਵੇਖੋ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਅਸੀਂ ਹੁਣ ਤੁਹਾਨੂੰ ਲੈ ਚੱਲਾਂਗੇ ਪੰਜਾਬ। ਅਸੀਂ ਤੁਹਾਨੂੰ ਮਿਲਾਵਾਂਗੇ ਇੱਥੇ ਪਰਮਜੀਤ ਕੌਰ ਦੇ ਨਾਲ, ਜਿਸ ਦੇ ਕੋਲ ਪੀਣ ਦਾ ਸਾਫ਼ ਪਾਣੀ ਨਾ ਹੋਣ ਦੀ ਵਜ੍ਹਾ ਦੇ ਨਾਲ ਉਸਦਾ ਜੀਵਨ ਅਤੇ ਉਸਦੇ ਪਰਿਵਾਰ ਦਾ ਜੀਵਨ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਸੀ। ਪਰ ਕਿਉਂਕਿ CBN ਫਾਊਂਡੇਸ਼ਨ ਲੋਕਾਂ ਦੀ ਮਦਦ ਦੇ ਵਾਸਤੇ ਆਪਣੇ ਹੱਥ ਨੂੰ ਕਦੇ ਨਹੀਂ ਰੋਕਦਾ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਬਰਕਤ ਨੂੰ ਲੈ ਕੇ ਆਉਂਦਾ ਹੈ, ਇਸ ਕਰਕੇ ਆਓ ਦੇਖਦੇ ਹਾਂ ਕਿ CBN ਫਾਊਂਡੇਸ਼ਨ ਦੀ ਮਦਦ ਦੇ ਨਾਲ ਪਰਮਜੀਤ ਦੇ ਜੀਵਨ ਦੇ ਵਿੱਚ ਕੀ ਸੁਧਾਰ ਆਇਆ। ਜੀ ਹਾਂ ਦੋਸਤੋ, ਇਹ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਨੇ ਸਾਡੀ ਪ੍ਰੋਡਿਊਸਰ ਅਸਨ ਲਸੰਗਵਾ। ਪਰਮਜੀਤ ਪੰਜਾਬ ਦੇ ਕਨੀਆ ਹੁਸੈਨੀ ਪਿੰਡ ਵਿੱਚ ਰਹਿੰਦੀ ਹੈ ਅਤੇ ਉਹਦੇ ਆਦਮੀ ਦੇ ਮਰਨ ਤੋਂ ਬਾਅਦ ਉਹ ਇਕੱਲੀ ਹੀ ਆਪਣੇ 3 ਬੱਚਿਆਂ ਨੂੰ ਸਾਂਭਦੀ ਹੈ। ਇੱਕ ਗੁੱਡੀ ਆਏਗੀ 7 ਸਾਲਾਂ ਦੀ, ਦੂਜਾ ਕਾਕਾ ਆਏਗਾ 5 ਸਾਲਾਂ ਦਾ, ਉਹ ਤੋਂ ਛੋਟਾ ਆਏਗਾ 2 ਸਾਲਾਂ ਦਾ। ਜੀ ਪਰੇਸ਼ਾਨੀ ਇਹ ਹੋਈ ਆ ਵੀ ਹੁਣ ਪਤੀ ਰਿਹਾ ਨਹੀਂ, ਵੀ ਉਹ ਕਦੀ ਕਹਿੰਦੇ ਆ ਵੀ ਡੈਡੀ ਆ, ਡੈਡੀ ਸਾਡਾ ਡੈਡੀ ਕਿਤੇ ਗਿਆ, ਇਹ ਕਹਿੰਦੇ ਆ ਵੀ ਕੰਮ 'ਤੇ ਗਿਆ। ਪਰਮਜੀਤ ਦੀ ਪਰੇਸ਼ਾਨੀ ਉਸ ਵੇਲੇ ਹੋਰ ਵੱਧ ਗਈ ਜਦੋਂ ਗੰਦਾ ਪਾਣੀ ਪੀਣ ਤੋਂ ਬਾਅਦ ਉਹਦੇ ਬੱਚਿਆਂ ਦੀ ਤਬੀਅਤ ਖਰਾਬ ਹੋਣ ਲੱਗੀ। ਜਿਹੜਾ ਪਾਣੀ ਮਿਲਦਾ ਸੀ ਉਹ ਗੰਦਾ ਪਾਣੀ ਸੀਗਾ ਅਤੇ ਪੀਣ ਵਾਲਿਆਂ ਨੂੰ, ਬੱਚਿਆਂ ਨੂੰ ਵੀ ਬਿਮਾਰੀ, ਸਾਰਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਸੀ। ਜਦੋਂ ਅਸੀਂ ਦਵਾਈ ਲੈਣ ਜਾਂਦੇ ਹਾਂ ਵੀ ਉਦੋਂ ਕੋਈ ਪੈਸੇ ਵੀ ਨਹੀਂ, ਹੁਣ ਤਾਂ ਮੇਰੇ ਘਰ ਦਾ ਵੀ ਪਤੀ ਵੀ ਤੁਰ ਗਿਆ ਵੀ ਹੁਣ ਅਸੀਂ ਕਿੱਥੋਂ ਬੱਚਿਆਂ ਦਾ ਇਲਾਜ ਕਰਾਵਾਂਗੇ। ਇਹਨਾਂ ਮੁਸ਼ਕਿਲ ਹਾਲਾਤਾਂ ਵਿੱਚ ਪਰਮਜੀਤ ਇਕੱਲੀ ਸੀ ਅਤੇ ਉਹਨੂੰ ਕਮਾਉਣ ਵੀ ਜਾਣਾ ਪੈਂਦਾ ਸੀ ਅਤੇ ਘਰ ਦਾ ਕੰਮ ਵੀ ਕਰਨਾ ਸੀ।
परमजीत पानी की समस्या तो मुश्किलों विच सी अते एक दिन ਉਸ ਦਿਨ ਸਰਪੰਚ ਨੇ ਕਿਹਾ ਸੀਗਾ ਵੀ ਨਲਕਾ ਆਉਣਾ ਹੈ ਅਸੀਂ ਕਿਹਾ ਚਲੋ ਵਧੀਆ ਆਪਣੇ ਸਾਡੇ ਵਿਹੜੇ 'ਚ ਤਾਂ ਨਾ ਕੋਈ ਟੂਟੀ ਹੈਗੀ ਆ ਨਾ ਕੋਈ ਪਾਣੀ ਦੀ ਵਰਤੋਂ ਵੀ ਵਧੀਆ ਹੋ ਰਹੀ ਆ ਵੀ ਇੱਥੇ ਲੱਗ ਜਾਵੇ ਸਾਡੇ ਵੀ ਘਰ ਵਿੱਚ ਅਤੇ ਵੀ ਪਾਣੀ ਸਾਫ਼ ਆਉਣ ਲੱਗ ਜਾ ਸੀ ਵੀ ਚਲੋ ਇੰਨਾ ਦੂਰ ਅੱਗੇ ਲੈਣ ਜਾਂਦੇ ਹਾਂ ਵੀ ਨੇੜੇ ਹੋ ਜਾ ਸੀ ਸਾਨੂੰ ਪਾਣੀ ਸੀਬੀਐਨ ਫਾਊਂਡੇਸ਼ਨ ਦੀ ਟੀਮ ਨੇ ਉਹਦੇ ਪਿੰਡ ਵਿੱਚ ਇੱਕ ਬੋਰਵੈਲ ਲਵਾਇਆ ਜਿਸ ਦੀ ਵਜ੍ਹਾ ਤੋਂ ਪਿੰਡ ਵਿੱਚ ਸਾਰੇ ਲੋਕ ਖੁਸ਼ ਸਨ ਅਤੇ ਪਰਮਜੀਤ ਨੂੰ ਵੀ ਹੁਣ ਦੂਰੋਂ ਪਾਣੀ ਟਿਓ ਕੇ ਨਹੀਂ ਲਿਆਉਣਾ ਪੈਂਦਾ ਸੀ ਸਾਡੇ ਨਲਕਾ ਨੇੜ ਲੱਗ ਗਿਆ ਹੈ ਪਈ ਸਾਨੂੰ ਇਸ ਕਰਕੇ ਬਿਮਾਰੀਆਂ ਨਹੀਂ ਲੱਗਣੀਆਂ ਬੱਚਿਆਂ ਨੂੰ ਵੀ ਨਹੀਂ ਲੱਗਣੀਆਂ ਪਈ ਬਹੁਤ ਸੌਖਾ ਹੋ ਗਿਆ ਸਾਨੂੰ ਬੱਚੇ ਭਰ ਸਕਦੇ ਨੇ ਪਾਣੀ ਹਮ ਕੰਮ ਗਏ ਹੋਈਏ ਫਿਰ ਬੱਚੇ ਨੇੜੂ ਪਾਣੀ ਭਰ ਕੇ ਪੀ ਸਕਦੇ ਨੇ ਸਾਡੇ ਸਾਰੇ ਪਿੰਡ ਨੂੰ ਫਾਇਦਾ ਹੋ ਗਿਆ ਕਿ ਸਾਫ਼ ਪਾਣੀ ਸਾਡੇ ਮੁਹੱਲੇ 'ਚ ਆ ਗਿਆ ਅਤੇ ਬਹੁਤ ਖੁਸ਼ੀ ਉਹਨਾਂ ਨੂੰ ਹੈਗੀ ਹੈ ਪਈ ਸਾਡੇ ਮੁਹੱਲੇ 'ਚ ਪਾਣੀ ਸਾਫ਼ ਆ ਗਿਆ ਦੋਸਤੋ ਹੁਣੇ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਸੀਬੀਐਨ ਫਾਊਂਡੇਸ਼ਨ ਪਰਮਜੀਤ ਦੀ ਜ਼ਿੰਦਗੀ ਦੇ ਵਿੱਚ ਇੱਕ ਸੁਖਾਲਾ ਮੋੜ ਲੈ ਕੇ ਆਈ ਔਰ ਇਹ ਸਭ ਕੁਝ ਮੁਮਕਿਨ ਹੋਇਆ ਤੁਹਾਡੇ ਵਰਗੇ ਪਾਰਟਨਰਸ ਦੀ ਮਦਦ ਦੇ ਨਾਲ ਦੋਸਤੋ ਜੇਕਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਅਜਿਹੇ ਹੀ ਨੇਕ ਕੰਮ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਪਾਰਟਨਰਸ਼ਿਪ ਦੇ ਵਿੱਚ ਜੁੜ ਕੇ ਇਹ ਕੰਮ ਕਰ ਸਕਦੇ ਹੋ ਆਪਣਾ ਅਨੁਦਾਨ ਸਾਡੇ ਤੱਕ ਪਹੁੰਚਾ ਸਕਦੇ ਹੋ ਸਾਨੂੰ ਅਨੁਦਾਨ ਪਹੁੰਚਾਉਣ ਲਈ ਇਹ ਰਹੀ ਸਾਡੇ ਪਤੇ ਦੀ ਡਿਟੇਲ ਸੀਬੀਐਨ ਫਾਊਂਡੇਸ਼ਨ ਪੀਚ ਟ੍ਰੀ ਕੰਪਲੈਕਸ ਤੀਜੀ ਮੰਜ਼ਿਲ ਬਲਾਕ ਸੀ ਸੁਸ਼ਾਂਤ ਲੋਕ 1 ਗੁੜਗਾਉਂ ਦਿੱਲੀ NCR 1220009 ਭਾਰਤ ਆਨਲਾਈਨ ਡੋਨੇਸ਼ਨਸ www.cbn.in ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਆ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਕਿਤੇ ਨਾ ਜਾਣਾ ਮਿਲਾਂਗੇ ਇਸ ਬ੍ਰੇਕ ਤੋਂ ਬਾਅਦ ਕੁਝ ਬਿਹਤਰੀਨ ਕਹਾਣੀਆਂ ਕੁਝ ਨਵੀਂ ਸਿੱਖਿਆ ਇੱਕ ਨਵੇਂ ਅੰਦਾਜ਼ ਦੇ ਨਾਲ ਆ ਰਿਹਾ ਹੈ ਇੰਡੀਅਨ ਟੈਲੀਵਿਜ਼ਨ ਤੇ ਸੁਪਰਬੁੱਕ ਸੀਜ਼ਨ 2 ਵੇਖਣਾ ਨਾ ਭੁੱਲਣਾ ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.cbn.in/superbook ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜਿਸਦਾ ਨਾਂ ਹੈ ਪ੍ਰਾਰਥਨਾ ਨੂੰ ਮੌਕਾ ਦਿਓ ਇਸ ਹਿੱਸੇ ਦੇ ਵਿੱਚ ਅਸੀਂ ਤੁਹਾਡੇ ਲਈ ਕਰਦੇ ਹਾਂ ਪ੍ਰਾਰਥਨਾ ਲੇਕਿਨ ਅੱਜ ਪ੍ਰਾਰਥਨਾ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾਵਾਂਗੇ ਪਰਮੇਸ਼ੁਰ ਦੀ ਉਸਤਤ ਦੇ ਵਿੱਚ ਇਹ ਗੀਤ ਆਜ ਜੁੰਭਸ਼ਤ ਕਰ
ਦੋਸਤੋ ਉਮੀਦ ਕਰਦੇ ਹਾਂ ਇਸ ਗੀਤ ਨੂੰ ਸੁਣ ਕੇ ਤੁਹਾਨੂੰ ਜ਼ਰੂਰ ਆਸ਼ਿਸ਼ ਮਿਲੀ ਹੋਵੇਗੀ। ਹੁਣ ਸਮਾਂ ਪ੍ਰਾਰਥਨਾਵਾਂ ਦਾ, ਲੇਕਿਨ ਦੇਖਦੇ ਹਾਂ ਕਿ ਸਾਨੂੰ ਉਸ ਤੋਂ ਪਹਿਲਾਂ ਮੈਸੇਜਿਸ ਕਿਸ ਕਿਸ ਨੇ ਭੇਜੇ ਹੈ। ਪਹਿਲਾ ਮੈਸੇਜ ਆਇਆ ਹੈ ਮਰੀਅਮ ਦਾ। ਇਹ ਲਿਖਦੇ ਨੇ ਕਿ ਇਹਨਾਂ ਨੂੰ ਸਾਡਾ ਪ੍ਰੋਗਰਾਮ ਬਹੁਤ ਜ਼ਿਆਦਾ ਪਸੰਦ ਹੈ, ਅਸੀਂ ਦੂਸਰਿਆਂ ਦੀ ਮਦਦ ਸਹਾਇਤਾ ਕਰਦੇ ਹਾਂ। ਇਹ ਦੇਖ ਕੇ ਇਹਨਾਂ ਨੂੰ ਵੀ ਕਾਫ਼ੀ ਪ੍ਰੇਰਣਾ ਮਿਲਦੀ ਹੈ ਦੂਸਰਿਆਂ ਦੀ ਮਦਦ ਕਰਨ ਦੇ ਲਈ। ਮਰੀਅਮ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਾਲ ਹੀ ਦੇਖਦੇ ਹਾਂ ਕਿ ਦੂਸਰਾ ਮੈਸੇਜ ਕਿਸਨੇ ਭੇਜਿਆ। ਸਾਨੂੰ ਸੂਜ਼ਨ ਲਿਖਦੀ ਹੈ ਅਤੇ ਕਹਿੰਦੀ ਹੈ ਕਿ ਉਸਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਪਸੰਦ ਹੈ ਅਤੇ ਸਾਡੇ ਪ੍ਰੋਗਰਾਮ ਨੂੰ ਦੇਖ ਕੇ ਉਹ ਪਰਮੇਸ਼ਵਰ ਦੀ ਨਜ਼ਦੀਕੀ ਦੇ ਵਿੱਚ ਵੀ ਵੱਧਦੀ ਹੈ, ਇਸ ਲਈ ਇਸਦਾ ਸ਼ੁਕਰੀਆ ਅਦਾ ਕਰਦੀ ਹੈ। ਅਸੀਂ ਤੁਹਾਡਾ ਧੰਨਵਾਦ ਦੇਣਾ ਚਾਹੁੰਦੇ ਹਾਂ ਉਹ ਸਾਰੇ ਲੋਕਾਂ ਦਾ ਜਿਹੜੇ ਕਿ ਸਾਡੇ ਪ੍ਰੋਗਰਾਮ ਨੂੰ ਦੇਖਦੇ ਨੇ, ਸਰਹਾਉਂਦੇ ਨੇ ਅਤੇ ਇਸ ਦੇ ਲਈ ਦੁਆ ਵੀ ਕਰਦੇ ਨੇ, ਅਤੇ ਖਾਸ ਤੌਰ 'ਤੇ ਉਹਨਾਂ ਲੋਕਾਂ ਦਾ ਜਿਹੜੇ ਸਾਡੇ ਨਾਲ ਪਾਰਟਨਰਸ਼ਿਪ ਦੇ ਵਿੱਚ ਜੁੜੇ ਨੇ ਅਤੇ ਇਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਸਹਾਇਤਾ ਕਰਦੇ ਨੇ। ਆਓ ਦੁਆ ਕਰੀਏ ਤੁਹਾਡੇ ਸਾਰਿਆਂ ਦੇ ਲਈ। ਪ੍ਰਭੂ ਜੀ, ਬੜੇ ਸ਼ੁਕਰਗੁਜ਼ਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਆਉਂਦੇ ਹਾਂ, ਕਿਉਂਕਿ ਤੁਹਾਡਾ ਵਚਨ ਦੱਸਦਾ ਹੈ ਕਿ ਅਸੀਂ ਹਰ ਹਾਲਾਤ ਦੇ ਵਿੱਚ ਤੁਹਾਡੇ ਨਾਲ ਪ੍ਰਭੂ ਸ਼ੁਕਰਗੁਜ਼ਾਰੀ ਦੇ ਨਾਲ ਜੁੜੇ ਰਹੀਏ। ਪ੍ਰਭੂ ਜੀ, ਅਸੀਂ ਖਾਸ ਤੌਰ 'ਤੇ ਧੰਨਵਾਦ ਦਿੰਦੇ ਹਾਂ ਇਹਨਾਂ ਸਾਰੇ ਲੋਕਾਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਪਾਰਟਨਰਸ਼ਿਪ ਦੇ ਵਿੱਚ। ਪ੍ਰਭੂ, ਆਪਣੀ ਸਾਂਝੇਦਾਰੀ ਦੇ ਨਾਲ ਉਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਮਦਦ ਕਰਦੇ ਨੇ ਜਿਹੜੀ ਦੂਸਰਿਆਂ ਦੇ ਸਹਾਇਤਾ ਵਾਸਤੇ ਅਤੇ ਮਦਦ ਵਾਸਤੇ ਲੋੜੀਂਦਾ ਨੇ। ਪ੍ਰਭੂ ਜੀ, ਅਸੀਂ ਖਾਸ ਤੌਰ 'ਤੇ ਇਹਨਾਂ ਸਾਰੇ ਲੋਕਾਂ ਵਾਸਤੇ ਤੁਹਾਡੀ ਇੱਕ ਨਵੀਂ ਬਰਕਤ ਨੂੰ ਮੰਗਦੇ ਹਾਂ, ਤੁਹਾਡੇ ਇੱਕ ਨਵੇਂ ਪ੍ਰਭੂ ਜੀ ਹੱਥਾਂ ਦੇ ਕੰਮਾਂ ਨੂੰ ਮੰਗਦੇ ਹਾਂ ਤਾਂ ਜੋ ਇਹਨਾਂ ਦੇ ਜੀਵਨ ਦੇ ਵਿੱਚ ਇੱਕ ਨਵਾਂ ਸਤਰ ਆਏ, ਆਤਮਿਕ ਤੌਰ 'ਤੇ ਵੀ ਅਤੇ ਆਰਥਿਕ ਤੌਰ 'ਤੇ ਵੀ। ਯੈਸ ਲਾਰਡ। ਪ੍ਰਭੂ, ਜਿੰਨੇ ਲੋਕ ਇਸ ਵੇਲੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਅਤੇ ਚਾਹੁੰਦੇ ਨੇ ਕਿ ਉਹ ਵੀ ਤੁਹਾਡੇ ਲਈ ਕੁਝ ਕਰਨ, ਤੁਹਾਡੇ ਰਾਜ ਵਾਸਤੇ ਕੁਝ ਕਰਨ, ਪ੍ਰਭੂ ਜੀ ਉਹਨਾਂ ਦੇ ਰਸਤਿਆਂ ਨੂੰ ਤੁਸੀਂ ਖੋਲ੍ਹੋ, ਉਹਨਾਂ ਦੇ ਮਨਾਂ ਨੂੰ ਤਿਆਰ ਕਰੋ, ਉਹਨਾਂ ਦੇ ਫਾਈਨੈਂਸਿਸ ਨੂੰ ਭਰਪੂਰ ਕਰੋ ਤਾਂ ਜੋ ਪ੍ਰਭੂ ਜੀ ਉਹ ਪਹਿਲਾਂ ਕਦਮ ਚੁੱਕਣ ਵਾਸਤੇ ਜਿਹੜਾ ਬਲ ਚਾਹੀਦਾ ਉਹਨੂੰ ਉਹਨਾਂ ਨੂੰ ਤੁਹਾਡੇ ਕੋਲੋਂ ਪਾਉਣ ਅਤੇ ਪ੍ਰਭੂ ਜੀ ਉਹ ਕੰਮ ਨੂੰ ਕਰ ਸਕਣ ਜਿਹੜਾ ਤੁਸੀਂ ਉਹਨਾਂ ਕੋਲੋਂ ਚਾਹੁੰਦੇ ਹੋ। ਯੈਸ ਲਾਰਡ। ਧੰਨਵਾਦ ਕਰਨੇ ਪਿਤਾ ਜੀ ਕਿ ਤੁਸੀਂ ਕਿਸੇ ਵੀ ਸਾਡੀ ਪ੍ਰਾਰਥਨਾ ਨੂੰ ਅਨਸੁਣਾ ਨਹੀਂ ਕਰਦੇ ਅਤੇ ਆਪਣੇ ਲੋਕਾਂ ਦੇ ਜੀਵਨ ਨੂੰ ਭਰਪੂਰੀ ਦੇ ਨਾਲ ਭਰਦੇ ਹੋ, ਸਾਡੀ ਪ੍ਰਾਰਥਨਾਵਾਂ ਦਾ ਉੱਤਰ ਦਿੰਦੇ ਹੋ। ਯੈਸ ਜੀ। ਧੰਨਵਾਦ ਦੇ ਨਾਲ ਇਹ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਜ਼ਿੰਦਾ ਨਾਂ ਦੇ ਵਿੱਚ ਮੰਗਦੇ ਹਾਂ। ਆਮੀਨ। ਆਮੀਨ।
ਪਰਮੇਸ਼ੁਰ ਦਾ ਵਚਨ ਦੱਸਦਾ ਹੈ ਕਿ ਤੁਸੀਂ ਦਿਓ ਤੇ ਤੁਹਾਨੂੰ ਵੀ ਦਿੱਤਾ ਜਾਏਗਾ। ਇਸ ਕਰਕੇ ਤੁਸੀਂ ਆਪਣੇ ਹੱਥ ਨੂੰ ਪਰਮੇਸ਼ੁਰ ਦੇ ਕੰਮਾਂ ਵਾਸਤੇ ਖੋਲੋ। ਬਿਲਕੁਲ ਦੋਸਤੋ, ਜੇਕਰ ਅਸੀਂ ਆਪਣੇ ਹੱਥਾਂ ਨੂੰ ਖੋਲਾਂਗੇ ਦੂਸਰਿਆਂ ਨੂੰ ਆਸ਼ੀਸ਼ਿਤ ਕਰਨ ਲਈ, ਪਰਮੇਸ਼ੁਰ ਆਪਣੇ ਹੱਥਾਂ ਨੂੰ ਖੋਲੇਗਾ ਸਾਨੂੰ ਆਸ਼ੀਸ਼ਿਤ ਕਰਨ ਦੇ ਲਈ। ਦੋਸਤੋ, ਦੇਖਦੇ ਹਾਂ ਕਿ ਵਚਨ ਦੇ ਰਾਹੀਂ ਅੱਜ ਪਰਮੇਸ਼ੁਰ ਸਾਨੂੰ ਕਿਸ ਤਰ੍ਹਾਂ ਆਸ਼ੀਸ਼ਿਤ ਕਰ ਰਿਹਾ ਹੈ। ਗਰੀਬ ਲੋਕਾਂ ਦਾ ਲਿਹਾਜ਼ ਕਰਨਾ ਯਹੋਵਾ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ। ਉਹ ਪ੍ਰਾਪਕ ਹੀ ਤੁਹਾਨੂੰ ਅਧਿਆਇਗੀ ਕਰੇਗਾ। ਬਿਲਕੁਲ, ਪਰਮੇਸ਼ੁਰ ਦਾ ਵਚਨ ਹਮੇਸ਼ਾ ਸਾਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਆਸ਼ੀਸ਼ਿਤ ਕਰਦਾ ਹੈ, ਜ਼ਰੂਰਤ ਹੈ ਤਾਂ ਵਚਨ ਦੇ ਉੱਤੇ ਮਨਨ ਕਰਨ ਦੇ ਲਈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੇਖਿਆ ਕਿ ਤੁਹਾਡੇ ਦੁਆਰਾ ਭੇਜੇ ਗਏ ਯੋਗਦਾਨ ਦੇ ਨਾਲ ਅਨੇਕਾਂ ਜੀਵਨਾਂ ਨੂੰ ਛੂਹਿਆ ਜਾ ਰਿਹਾ ਹੈ, ਉਹਨਾਂ ਨੂੰ ਸੁਧਾਰਿਆ ਜਾ ਰਿਹਾ ਹੈ। ਕਿਸ ਤਰ੍ਹਾਂ ਪੀਣ ਦਾ ਜਿੱਥੇ ਸਾਫ਼ ਪਾਣੀ ਨਹੀਂ ਹੈ ਉੱਥੇ ਪੀਣ ਦਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿੱਥੇ ਸਵੱਛਤਾ ਦੇ ਕੰਮਾਂ ਦੀ ਘਾਟ ਹੈ ਉੱਥੇ ਸ਼ੌਚਾਲਿਆਂ ਨੂੰ ਬਣਾ ਕੇ ਲੋਕਾਂ ਦੇ ਜੀਵਨ ਨੂੰ ਬਿਹਤਰ ਕੀਤਾ ਜਾ ਰਿਹਾ ਹੈ। ਦੋਸਤੋ, ਤੁਹਾਨੂੰ ਯਾਦ ਦਿਲਾ ਦਈਏ ਕਿ ਕੱਲ੍ਹ ਹੈ ਵੀਰਵਾਰ ਅਤੇ ਇਸ ਦਿਨ ਅਸੀਂ ਤੁਹਾਨੂੰ ਪ੍ਰੇਰਿਤ ਕਰਨ ਵਾਲੀ ਕਹਾਣੀ ਤਾਂ ਦਿਖਾਵਾਂਗੇ ਹੀ, ਨਾਲ ਦੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਸ ਤੋਂ ਤੁਸੀਂ ਜ਼ਰੂਰ ਪ੍ਰੇਰਣਾ ਹਾਸਲ ਕਰੋਗੇ। ਕੱਲ੍ਹ ਦਾ ਪ੍ਰੋਗਰਾਮ ਦੇਖਣਾ ਬਿਲਕੁਲ ਨਾ ਭੁੱਲਣਾ। ਅੱਜ ਦੇ ਲਈ ਬਸ ਇੰਨਾ ਹੀ, ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਆ ਪੁੱਜਿਆ ਹੈ। ਕੱਲ੍ਹ ਫਿਰ ਕਰਾਂਗੇ ਮੁਲਾਕਾਤ ਇਸੇ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਇੱਕ ਨਵੀਂ ਜ਼ਿੰਦਗੀ। ਤਦ ਤੱਕ ਲਈ ਨਮਸਕਾਰ। ਗੋਡ ਬਲੈਸ ਯੂ।